ਫਾਜ਼ਿਲਕਾ ਵਿਖੇ BSF ਨੇ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਅਤੇ ਸਰਹੱਦ ਤੇ ਡਰੋਨ ਦੀ ਆਵਾਜਾਈ ਅਤੇ ਹੈਰੋਇਨ ਬਰਾਮਦ ਕੀਤੀ ਗਈ, ਜਿਸ ਵਿੱਚ 530 ਗ੍ਰਾਮ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਗਿਆ। BSF ਦੀ ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤਿਆ। BSF ਦੇ ਜਵਾਨਾਂ ਨੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ। BSF ਦੀ 55 ਬਟਾਲੀਅਨ ਨੂੰ ਸਫਲਤਾ ਮਿਲੀ। ਆਓ ਦੇਖਦੇ ਹਾਂ ਸਾਡੀ ਖਾਸ ਰਿਪੋਰਟ। ਅਸੀਂ ਅੱਜ ਪਹੁੰਚੇ ਜੀ ਇੱਥੇ। ਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸਵਾਰ ਵਾਲੀ ਜਿਹੜੀ BOP ਹੈ, ਸਰਹੱਦ ਦੀ ਚੌਂਕੀ ਹੈ BSF ਦੀ, ਉਹਨਾਂ ਵੱਲੋਂ ਸੂਚਨਾ ਮਿਲੀ ਸੀ ਕਿ ਇੱਥੇ ਡਰੋਨ ਰਾਹੀਂ ਕੋਈ ਹੈਰੋਇਨ ਦੀ ਖੇਪ ਆਈ ਆ। ਉਹਦੇ ਸੰਬੰਧ ਦੇ ਵਿੱਚ ਜਿਹੜੀ ਸਰਚ ਚੱਲ ਰਹੀ ਆ ਰਾਤ ਦੀ, ਉਹ ਚੌਂਕੀ ਵਾਲੇ ਨੇ ਇਹਨਾਂ ਨੇ BSF ਨੇ ਕੋਈ ਰਿਕਵਰੀ ਵੀ ਕੀਤੀ ਹੈ ਹੀਰੋਇਨ ਦੀ, ਉਹ ਜਿਹੜੀ ਸਾਡੇ ਹੈਂਡ ਓਵਰ ਕਰ ਰਹੇ ਆ। ਰਾਤ ਦੀ ਸਰਚ ਆਪਰੇਸ਼ਨ ਜਾਰੀ ਆ, ਪੁਲਿਸ ਨੇ ਮਿਲ ਕੇ ਜਿਹੜਾ ਸੁਬਾਹ ਫਿਰ ਸਰਚ ਚੱਲ ਰਿਹਾ। ਸਰ ਕਹਿੰਦੇ ਨੇ ਰਾਤ ਫਾਇਰਿੰਗ ਵੀ ਹੋਈ ਹੈ ਜੀ। ਹਾਂ ਦੱਸ ਰਹੇ ਜੀ, BSF ਦੀ ਤਰਫੋਂ ਇਹਨਾਂ ਨੇ ਜਦੋਂ ਡਰੋਨ ਦਾ ਇਹਨਾਂ ਨੂੰ ਸ਼ੱਕ ਹੋਇਆ ਤੇ ਇਹਨਾਂ ਨੇ ਫਾਇਰਿੰਗ ਵਗੈਰਾ ਵੀ ਕੀਤੀ ਹੈ। ਸਰ ਕਿੰਨੀ ਰਿਕਵਰੀ ਕਿੰਨੀ ਹੋਈ ਹੈ? ਰਿਕਵਰੀ ਜਵਾਨੀ ਦੱਸ ਰਹੇ ਜੀ 530 ਗ੍ਰਾਮ ਹੈਗੀ ਆ, ਬਾਕੀ ਉਹ ਅਸੀਂ ਕਾਰਵਾਈ ਕਰਦੇ ਹਾਂ, ਸਾਰੇ ਤੋਲਾਂਗੇ, ਸਾਰਾ ਦੁਬਾਰਾ ਚੈੱਕ ਕਰਾਂਗੇ। ਫਰਦਰ ਕਿਸ ਤਰ੍ਹਾਂ ਦੀ ਕਾਰਵਾਈ ਰਹੇਗੀ ਜੀ ਹੁਣ ਇਸ ਕਿਸ ਮਾਮਲੇ ਵਿੱਚ? ਬਸ ਸਾਡੇ ਹੈਂਡ ਓਵਰ ਕਰਨਗੇ ਜੀ, ਫਿਰ ਇਹਦੇ ਸੰਬੰਧ ਵਿੱਚ ਥਾਣੇ ਸਦਰ ਫਾਜ਼ਿਲਕਾ FIR ਦਰਜ ਕੀਤੀ ਜਾਵੇਗੀ। ਚੌਕਸੀ ਦੇ ਕਰਕੇ ਜਿਹੜਾ ਰੁਕੀ ਹੈ, ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਰਾਤ ਕੋਈ ਇਧਰੋਂ ਵੀ ਕੋਈ ਲੈਣ ਆਇਆ ਸੀ, ਕੋਈ ਇਹਦੀ ਵੀ ਪਛਾਣ ਕੀਤੀ ਜਾਏਗੀ, ਕੋਈ ਸ਼ੱਕੀ ਪੁਰਸ਼ਾਂ ਦੀ ਭਾਲ ਕੀਤੀ ਜਾਏਗੀ? ਹਾਂਜੀ ਹਾਂਜੀ ਬਿਲਕੁਲ, ਇਹ ਪਤਾ ਕੀਤਾ ਜਾਊਗਾ ਸਾਡੇ ਵੱਲੋਂ, ਜਿਹੜੀ ਅੱਗੇ FIR ਦਰਜ ਕਰਕੇ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾਵੇਗੀ। ਸਰ ਜੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਆਪਣੇ ਕਾਰਵਾਈ ਰਹਿੰਦੀ ਹੈ? ਗੱਲ ਕਰੀਏ ਹੀਰੋਇਨ ਤਾਂ ਚਲੋ ਆ ਰਹੀ ਹੈ, ਉਹਨੂੰ ਪਕੜ ਵੀ ਰਹੇ ਹੋ, ਮੂਵਮੈਂਟ ਕਿਸ ਤਰ੍ਹਾਂ ਦੀ ਰਹਿੰਦੀ ਹੈ ਜੀ ਆਪਣਾ? ਕਿਸ ਤਰ੍ਹਾਂ ਤੁਸੀਂ ਜਾਂਚ ਕਰਦੇ ਹੋ, ਉਹਦਾ ਕਿਵੇਂ ਹੁੰਦਾ ਜੀ? ਮੇਨ ਤੋਂ ਜਿਵੇਂ ਧੁੰਦਾਂ ਦੇ ਵਿੱਚ ਡਰੋਨ ਦੇ ਥਰੂ ਜ਼ਿਆਦਾਤਰ ਹੁੰਦੀ ਹੈ ਜਿਹੜੀ ਖੇਪ ਵਗੈਰਾ ਇੱਧਰ ਆ ਜਾਂਦੀ ਹੈ। ਨਾਕੇ ਸਾਡੇ 24 ਘੰਟੇ ਰਹਿੰਦੇ ਆ ਸੈਕਿੰਡ ਡਿਫੈਂਸ ਲਾਈਨ ਤੇ ਜੀ। ਫਾਜ਼ਿਲਕਾ ਵਿਖੇ BSF ਨੇ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਮਨਸੂਬਿਆਂ ਨੂੰ ਨਾਕਾਮ ਕੀਤਾ ਅਤੇ ਸਰਹੱਦ ਤੇ ਡਰੋਨ ਦੀ ਆਵਾਜਾਈ ਅਤੇ ਹੈਰੋਇਨ ਬਰਾਮਦ ਕੀਤੀ ਗਈ, ਜਿਸ ਵਿੱਚ 530 ਗ੍ਰਾਮ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਗਿਆ। BSF ਦੀ ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤਿਆ। BSF ਦੇ ਜਵਾਨਾਂ ਨੇ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ ਗਿਆ। BSF ਦੀ 55 ਬਟਾਲੀਅਨ ਨੂੰ ਸਫਲਤਾ